ਆ ਦੇਖੋ ਟ੍ਰਿਮਰ ਟ੍ਰਿਮਰ ਕਰਦੇ ਹੀ ਸੀ, ਟ੍ਰਿਮਰ ਹੋਰ ਆ ਗਏ ਆ। ਚੈੱਕ ਕਰੋ ਜਿੰਮੀ ਦਾ ਟ੍ਰਿਮਰ ਕਿੰਨੇ ਦਾ ਪੈਣਾ, 450। ਕੰਪਨੀ ਦਾ ਸਵਾਲ ਹੋਣਾ ਸਾਰਾ ਬਈ, ਪੱਕਾ ਬਈ ਨਾਲ ਬੰਦਾ ਹੈ। ਮੈਂ ਭਾਜੀ ਜਿੰਮੀ ਦਾ ਟ੍ਰਿਮਰ ਹੈ ਯਾਰ, ਹਨਾ ਹਾਂਜੀ, ਸਾਰੇ ਬ੍ਰਾਂਡ ਹੋਣਗੇ ਬਈ। ਯਾਰ 20,000 ਰੁਪਏ ਦਾ ਪੀਸ ਲੈਣਾ, 1200 ਰੁਪਏ, 1000 ਰੁਪਿਆ, ਹਨਾ। ਟ੍ਰਿਮਰ ਤੇ ਬਹੁਤ ਹੈਗੇ ਆ, 200 ਰੁਪਏ ਦਾ ਟ੍ਰਿਮਰ ਹੈ ਜੀ, 100 ਤੋਂ ਸ਼ੁਰੂ ਹੋ ਜਾਂਦਾ ਵਾ, 100 ਰੁਪਏ ਦਾ ਸ਼ੁਰੂ ਹੋ ਜਾਂਦਾ ਟ੍ਰਿਮਰ ਸਾਡੇ। ਓਕੇ, ਆ ਦੇਖੋ 100 ਰੁਪਏ ਦਾ ਟ੍ਰਿਮਰ ਹੈ, ਸਕ੍ਰੱਬ ਹੈ, 150 ਰੁਪਿਆ ਐਮ ਆਰ ਪੀ ਹੈ ਇਹਦੇ ਤੇ। ਕਿੰਨੇ ਦਾ ਪੈਣਾ ਤੁਹਾਨੂੰ, 20,000 ਰੁਪਏ ਦਾ। ਕਹਿੰਦਾ ਸੀ ਇੱਧਰ ਨਵੇਂ ਆਏ ਆ, ਨਵੇਂ ਆਏ ਆ ਜੀ, ਪਹਿਲਾਂ ਟ੍ਰਾਂਸਪੇਰੈਂਟ ਡੱਬੀ ਸੀ, ਹੁਣ ਇਹ ਵਾਲੀ ਆ ਗਈ ਹੈ। ਕਿੰਨੇ ਦਾ ਪਊਗਾ, ਇਹ ਦੇਖੋ ਪਰ ਪੀਸ ਤੇ ਐਮ ਆਰ ਪੀ ਚੈੱਕ ਕਰੋ, 110 ਰੁਪਏ ਐਮ ਆਰ ਪੀ ਹੈ। ਕਿੰਨੇ ਦਾ ਪੈਣਾ, 25 ਰੁਪਏ ਦਾ। ਓਕੇ, ਦੋ ਦਿਨ ਨਹੀਂ ਲੱਥੇਗਾ। ਆ ਦੇਖੋ ਜੀ ਐਚ ਡੀ ਬਲੀਚ ਹੈ, ਹਾਂਜੀ, ਐਮ ਆਰ ਪੀ ਚੈੱਕ ਕਰੋ, 90 ਰੁਪਏ ਐਮ ਆਰ ਪੀ ਹੈ। ਤੁਹਾਨੂੰ ਕਿੰਨੇ ਦੀ ਪੈਣੀ, 36 ਰੁਪਏ ਦੀ। ਓਕੇ ਵੀਰੇ, ਸਾਰੇ ਇਹ ਡੀ ਓ ਹੈ ਜੀ, ਐਮ ਆਰ ਪੀ ਚੈੱਕ ਕਰੋ, 355 ਰੁਪਏ ਐਮ ਆਰ ਪੀ ਹੈ। ਕਿੰਨੇ ਦਾ ਪੈਣਾ, 180 ਰੁਪਏ ਦਾ ਸੈੱਟ, 90 ਰੁਪਏ ਦਾ ਪੀਸ। ਹਰੇਕ ਗਾਹਕ ਕਹਿੰਦਾ ਵਾਈਟ ਊਦ ਚਾਹੀਦਾ, ਠੀਕ ਹੈ ਜੀ। ਸੇਲ ਕਿੰਨੇ ਦਾ ਕਰਨਾ ਤੁਸੀਂ, 300 ਰੁਪਏ ਦਾ, 250 ਦੇ ਦੋ ਦੇਵਾਂਗੇ ਤੁਹਾਨੂੰ। ਬੱਲੇ, ਪ੍ਰੋ ਏਡੀਐਸ ਕਲਰ ਆ ਗਿਆ, ਜਿੰਨਾ ਮਰਜ਼ੀ ਲਓ, 265 ਰੁਪਏ ਲਾਊਂਗਾ। ਵੈਸੇ ਕਿੰਨੇ ਦਾ ਜੀ, ਉਦਾਂ ਤੁਸੀਂ ਬਜ਼ਾਰੋਂ 700-800 ਰੁਪਏ ਦਾ ਲੈਣੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਕਹਿੰਦੇ ਜੀ ਫੀਲਡਗੰਜ ਲੁਧਿਆਣੇ, ਸਾਰ ਕੋਲ ਦੁਬਾਰਾ ਆ ਗਏ ਜੀ ਆਪਾਂ, ਰੇਟ ਸੁਣ ਕੇ ਹੈਰਾਨ ਰਹਿ ਜਾਵਾਂਗੇ, ਕੰਪਨੀ ਦਾ ਸਮਾਨ ਨੂੰ ਸਾਰਾ, ਤੋ ਆ ਜਾਓ, ਮਿਲਦੇ ਆਪਾਂ ਬਾਈ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਆਸ਼ੀਰਵਾਦ ਹੈ, ਚੈੱਕ ਕਰੋ ਪਹਿਲੇ, ਪਹਿਲਾਂ ਚੈੱਕ ਤਾਂ ਕਰਾ ਦੇਣਾ, ਤੁਹਾਨੂੰ ਸਾਰਾ ਦੇਖ ਲਓ ਰਾਸ਼ ਕਿੰਨਾ ਪਿਆ ਹੋਇਆ, ਅੱਜ ਕਰਵਾ ਚੌਥ ਨੇੜੇ ਆ ਰਿਹਾ, ਅੱਜ ਤੁਹਾਨੂੰ ਸਾਰੀਆਂ ਚੀਜ਼ਾਂ ਨਵੀਆਂ ਦੀ ਵੀਡੀਓ ਪਾਉਂਗਾ, ਤੁਹਾਨੂੰ ਰੇਟ ਦਿੰਨੇ ਆ, ਨਾਲ ਨਵੀਆਂ ਚੀਜ਼ਾਂ ਆਉਣਗੀਆਂ, ਨਵੀਆਂ ਚੀਜ਼ਾਂ ਦਿਖਾਣੇ ਤੁਹਾਨੂੰ। ਰਾਸ਼ੀ ਬਹੁਤ ਹੈ, ਹਾਂਜੀ ਆਏਗੀ ਨਾ ਅੱਜ ਦੀ ਵੀਡੀਓ ਵਿੱਚ, ਹਾਂਜੀ ਮੈਂ ਜ਼ਰੂਰ ਲਾਉਂਗੀ। ਹਾਂਜੀ ਆ ਦੇਖੋ ਟ੍ਰਿਮਰ ਟ੍ਰਿਮਰ ਕਰਦੇ ਹੀ ਸੀ, ਟ੍ਰਿਮਰ ਹੋਰ ਆ ਗਏ ਆ। ਚੈੱਕ ਕਰੋ ਜਿੰਮੀ ਦਾ ਟ੍ਰਿਮਰ, ਕਿੰਨੇ ਦਾ ਪੈਣਾ, 450, 450, 460, 480, 540, ਕਿੰਨੇ ਦਾ ਵੈਸੇ, ਬਜ਼ਾਰੋਂ 30,000 ਰੁਪਏ ਦਾ ਪੀਸ ਲੈਣਾ, 1200 ਰੁਪਏ, 1000 ਰੁਪਿਆ, ਹਨਾ, ਤੇ ਤੁਹਾਨੂੰ ਕਿੰਨੇ ਦਾ ਪੈਣਾ, 450 ਰੁਪਏ ਦਾ। ਇਹ ਦੇਖੋ 380 ਰੁਪਏ, ਠੀਕ ਹੈ। ਇਹ ਦੇਖੋ ਟ੍ਰਿਮਰ ਤੇ ਬਹੁਤ ਹੈਗੇ ਆ, 200 ਰੁਪਏ ਦਾ ਟ੍ਰਿਮਰ ਹੈ ਜੀ, 100 ਤੋਂ ਸ਼ੁਰੂ ਹੋ ਜਾਂਦਾ ਵਾ, 100 ਰੁਪਏ ਦਾ ਸ਼ੁਰੂ ਹੋ ਜਾਂਦਾ ਟ੍ਰਿਮਰ ਸਾਡੇ। ਓਕੇ, ਇਹ ਦੇਖੋ ਇਹ 100 ਰੁਪਏ ਦਾ ਟ੍ਰਿਮਰ ਹੈ। ਓਕੇ ਵੀਰੇ, 150, 200, 250, ਹਨਾ, ਜਿੰਨੇ ਦਾ ਮਰਜ਼ੀ, ਮੇਰੇ ਕੋਲ 100 ਰੁਪਏ ਤੋਂ ਸਟਾਰਟਿੰਗ ਹੈ। ਕੰਪਨੀ ਦਾ ਸਵਾਲ ਹੋਣਾ ਸਾਰਾ ਬਈ, ਪੱਕਾ ਬਿੱਲ ਨਾਲ ਬੰਦਾ ਹੈ। ਮੈਂ ਭਾਜੀ ਜਿੰਮੀ ਦਾ ਟ੍ਰਿਮਰ ਹੈ ਯਾਰ, ਹਨਾ, ਹਾਂਜੀ, ਸਾਰੇ ਬ੍ਰਾਂਡ ਹੋਣਗੇ। ਓਕੇ ਵੀਰੇ, ਪ੍ਰੋ ਏਡੀਐਸ ਕਲਰ ਆ ਗਿਆ, ਜਿੰਨਾ ਮਰਜ਼ੀ ਲਓ, 265 ਰੁਪਏ ਲਾਊਂਗਾ। ਵੈਸੇ ਕਿੰਨੇ ਦਾ ਜੀ, ਉਦਾਂ ਤੁਸੀਂ ਬਜ਼ਾਰੋਂ 700-800 ਰੁਪਏ ਦਾ ਲੈਣੇ ਹੋ। ਇਹ ਦੇਖੋ ਜੀ ਐਚ ਡੀ ਬਲੀਚ ਹੈ, ਹਾਂਜੀ, ਐਮ ਆਰ ਪੀ ਚੈੱਕ ਕਰੋ, 90 ਰੁਪਏ ਐਮ ਆਰ ਪੀ ਹੈ। ਤੁਹਾਨੂੰ ਕਿੰਨੇ ਦੀ ਬਣੀ, 36 ਰੁਪਏ ਦੀ। ਓਕੇ ਵੀਰੇ, ਠੀਕ ਹੈ। ਇਹ ਦੇਖੋ ਇਹ ਡੀਓ ਵਗੈਰਾ ਲੱਗੇ ਆ ਸਾਰੇ, ਇੱਕ ਨਾਲ ਇੱਕ ਫ੍ਰੀ ਸਾਰੇ, ਹਾਂ। ਇਹ ਦੇਖੋ ਇਹ ਡੀਓ ਹੈ ਜੀ, ਐਮ ਆਰ ਪੀ ਚੈੱਕ ਕਰੋ, 355 ਰੁਪਏ ਐਮ ਆਰ ਪੀ ਹੈ। ਕਿੰਨੇ ਦਾ ਪੈਣਾ, 180 ਰੁਪਏ ਦਾ ਸੈੱਟ, 90 ਰੁਪਏ ਦਾ ਪੀਸ। ਹਰੇਕ ਗਾਹਕ ਕਹਿੰਦਾ ਵਾਈਟ ਊਦ ਚਾਹੀਦਾ, ਠੀਕ ਹੈ ਜੀ। ਸੇਲ ਕਿੰਨੇ ਦਾ ਕਰਨਾ ਤੁਸੀਂ, 300 ਰੁਪਏ ਦਾ, 250 ਦੇ ਦੋ ਦੇਵਾਂਗੇ ਤੁਹਾਨੂੰ। ਬੱਲੇ ਬਈ, ਰਸ ਲੱਗਿਆ ਹੋਇਆ ਇਹਨਾਂ, ਆ ਪਾਰਕ ਵੈਨਿਊ ਹਨਾ, ਹਾਂਜੀ, ਸਟੋਰ ਤੇ ਜਾਓਗੇ 350 ਦਾ ਮਿਲੇਗਾ। ਓਕੇ ਵੀਰੇ, ਪਾਰਕ ਵੈਨਿਊ ਤੁਹਾਨੂੰ ਕਿੰਨੇ ਦਾ ਦੇਵਾਂਗਾ, 175 ਰੁਪਏ ਦਾ। ਵੈਸੇ 350 ਦਾ, 350 ਦਾ ਲਿਪ ਸ਼ੇਡ ਹੈ, ਕਰੋ ਲਿਪ ਸ਼ੇਡ। ਹੈਲੋ, ਹਾਂ, 200 ਰੁਪਏ ਐਮ ਆਰ ਪੀ ਪਰ ਪੀਸ ਦੇ ਉੱਤੇ। ਓਕੇ ਵੀਰੇ, ਕਿੰਨੇ ਦਾ ਪੈਣਾ, 60 ਰੁਪਏ ਦਾ। ਠੀਕ ਹੈ ਜੀ, ਹੁਣ ਕਰਵਾ ਚੌਥ ਆ ਗਿਆ, ਦੀਵਾਲੀ, ਦੁਸਹਿਰਾ, ਹਨਾ, ਲਿਪਸਟਿਕਾਂ ਬਿੰਦੀਆਂ ਚੱਲਣੀਆਂ। ਓਕੇ ਵੀਰੇ, ਰੱਬ ਤੁਹਾਡਾ ਭਲਾ ਕਰੇ, 15 ਰੁਪਏ।
ਲੈ ਜੋ ਐ ਦਿਖਾਈ ਇੱਧਰ ਜਰਾ ਕੱਲ ਵਾਲੀ ਵੀਡੀਓ 'ਚ ਫਿਰ ਗਾਹਕ ਕਹਿੰਦਾ ਸੀ ਇੱਧਰ ਨਵੇਂ ਆਏ ਆ, ਇਹ ਨਵੇਂ ਆਏ ਆ ਜੀ। ਪਹਿਲਾਂ ਟ੍ਰਾਂਸਫਰ ਡੱਬੀ ਸੀ, ਹੁਣ ਇਹ ਵਾਲੀ ਆ ਗਈ ਹੈ। ਕਿੰਨੇ ਦਾ ਪਊਗਾ? ਇਹ ਦੇਖੋ ਪਰ ਪੀਸ ਤੇ ਐਮ ਆਰ ਪੀ ਚੈੱਕ ਕਰੋ, 110 ਰੁਪਏ ਐਮ ਆਰ ਪੀ ਹੈ। ਕਿੰਨੇ ਦਾ ਪੈਣਾ? 25 ਰੁਪਏ ਦਾ। ਓਕੇ, ਦੋ ਦਿਨ ਨਹੀਂ ਲੱਥੇਗਾ, ਦੋ ਦਿਨ ਹੀ ਲੱਥੇਗਾ। ਇਹ ਦੇਖੋ ਇਹ ਡੀਓ ਆਏ ਆ, ਐਮ ਆਰ ਪੀ ਕਿੰਨੀ? 220 ਰੁਪਏ ਐਮ ਆਰ ਪੀ ਹੈ। ਓਕੇ, ਕਿੰਨੇ ਦਾ ਪੈਣਾ? 70 ਰੁਪਏ ਦਾ। ਓਕੇ ਵੀਰ, ਸਿਰਫ 70 ਰੁਪਏ ਦਾ ਡੀਓ। ਆ ਵਾਟਰ ਗੱਲ ਤੁਹਾਨੂੰ ਕਿੰਨੇ ਦਾ ਪੈਣਾ? 148 ਰੁਪਏ ਦਾ। ਓਕੇ ਵੀਰ, ਚੈੱਕ ਕਰੋ ਸਕ੍ਰੱਬ ਹੈ, 150 ਰੁਪਈਆ ਐਮ ਆਰ ਪੀ ਹੈ। ਕਿੰਨੇ ਦਾ ਪੈਣਾ ਤੁਹਾਨੂੰ? 20 ਰੁਪਏ ਦਾ। ਓਕੇ, 150 ਰੁਪਏ ਐਮ ਆਰ ਪੀ, 20 ਰੁਪਏ ਦਾ, 75 ਰੁਪਏ ਕੰਪਨੀ ਦੀ ਲੈਂਡਿੰਗ ਹੈ। ਰਸ਼ ਲੱਗਣ ਦਾ ਕਾਰਨ ਇਹੀ ਹੈ।